ਅੱਜਕੱਲ ਦੇ ਨਵੇਂ ਪੋਤ ਹੈ ਜਿਹੜੇ ਸ਼ੋਕ ਕਰ ਰਹੇ ਨੇ ਮੁੜੇ, ਇਹਨਾਂ ਨੂੰ ਅੱਛਾ ਸੁਭਾਅ ਬਣਨ ਵਾਸਤੇ ਕੀ ਮਸ਼ਵਰਾ ਦੋ ਦੇ? ਮੁਸ਼ਤਾਕ ਧਕਣਿਆ ਲਈ ਨੇ ਉਹ ਤੁਸੀਂ ਮਸਜਿਦ ਹੁੰਦੇ ਆਉਂਦੇ ਹੋ, ਸਿਆਣੇ ਬੰਦੇ ਅਸੀਂ ਮਲਕ ਤਾ ਆਇਆ ਠੀਕ ਹੈ ਸਾਡੇ ਇਲਾਕੇ ਜੋ ਜਾਣੂ ਨਹੀਂ 70 ਚ ਤੁਹਾਨੂੰ ਕਿਹਨੇ ਸ਼ੁਰੂ ਤੋਂ ਗਾਈਡ ਕੀਤਾ, ਕਿਹਨੇ ਤੁਹਾਨੂੰ ਦੱਸਿਆ ਬੁਝਿਆ ਤੁਹਾਡਾ? ਬਿਸਮਿਲ੍ਲਾ ਰਹਿਮਾਨ ਰਹਿਮ, ਅਸਲਾਮ ਅਲੈਕਮ। ਮੈਂ ਵਾ ਜਨਾਬ ਤੁਹਾਡਾ ਮੇਜ਼ਬਾਨ ਸਹਿਲ ਅਫਜ਼ਲ, ਅਤੇ ਮੈਂ ਅੱਜ ਮੌਜੂਦ ਹਾਂ ਕੋਠਾ ਗੁਜਰਾਂ ਦੀ ਸਰਜ਼ਮੀਨ 'ਤੇ, ਡੇਰਾ ਚੌਧਰੀ ਸੁਲਤਾਨ ਹਾਂ ਰਈ ਸਾਹਿਬ ਕੋਠਾ ਗੁਜਰਾਂ, ਅਤੇ ਉਹਨਾਂ ਦੇ ਸਾਹਿਬਜ਼ਾਦੇ ਨੇ ਜਨਾਬ ਚੌਧਰੀ ਮੁਹੰਮਦ ਨਵਾਜ਼ ਸਾਹਿਬ ਰਈ ਸਾਹਿਬ ਕੋਠਾ ਗੁਜਰਾਂ। ਇਹ ਕਹਿ ਲਓ ਆਪਣੇ ਦੌਰ ਦੇ ਬੈਸਟ ਰਾਈਡਰ ਰਹੇ ਨੇ, ਬੜਾ ਸ਼ੋਅ ਕੀਤਾ ਇਹਨਾਂ ਨੇ ਦੂਰ ਦਰਾਜ਼ ਇਲਾਕਿਆਂ 'ਚ ਜਾ ਕੇ। ਅਤੇ ਅਸੀਂ ਕਿਉਂਕਿ ਇਹਨਾਂ ਦਾ ਮਤਲਬ ਇਸ ਤਰ੍ਹਾਂ ਮੈਂ ਸਿਸਟਮ ਹੈ ਸ਼ੁਰੂ ਤੋਂ ਚਲਾ ਰਿਹਾ ਖਾਨਦਾਨੀ ਹੈ, ਅਤੇ ਅਸੀਂ ਇਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਵੀ ਪੁਰਾਣੀਆਂ ਗੱਲਾਂ ਘੋੜਿਆਂ ਦੇ ਬਾਰੇ ਨਾਲ ਕਰੀਏ, ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ, ਕਿਉਂਕਿ ਨੌਜਵਾਨ ਨਸਲ ਹੈ ਉਹਨਾਂ ਨੂੰ ਕੋਈ ਪੁਰਾਣੀਆਂ ਜਿਹੜੀਆਂ ਗੱਲਾਂ ਪਤਾ ਲੱਭਣ। ਅਤੇ ਮੈਂ ਮਸ਼ਕੂਰ ਹਾਂ ਚੌਧਰੀ ਨਵਾਜ਼ ਸਾਹਿਬ ਦਾ ਸਾਨੂੰ ਟਾਈਮ ਦਿੱਤਾ। ਦੂਸਰਾ ਮੈਂ ਇਹਨਾਂ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨਾ ਕਿ ਇਹਨਾਂ ਦੇ ਸਾਹਿਬਜ਼ਾਦੇ ਚੌਧਰੀ ਅਫਜ਼ਾਲ ਨਵਾਜ਼ ਗੁਜਰ, ਕਿ ਜਿਨ੍ਹਾਂ ਨੇ ਕੱਲ੍ਹ ਸਰਜ਼ਮੀਨੇ ਪੰਜਨ ਕਿਸਾਨਾਂ ਤੋਂ ਜਨਾਬ ਇੱਕ ਆਲ ਪਾਕਿਸਤਾਨ ਜਿਹੜਾ ਵੈ ਨਿਜ਼ਾਬਾਜ਼ੀ ਦਾ ਪ੍ਰੋਗਰਾਮ ਆਪਣੇ ਨਾਂ ਕੀਤਾ ਹੈ, ਅਤੇ ਇਲਾਕੇ ਦਾ ਕੋਠਾ ਗੁਜਰਾਂ ਦਾ, ਅਤੇ ਇਹਨਾਂ ਦਾ ਜਿਹੜਾ ਸਾਰੇ ਫਖਰ ਨਾਲ ਆਪਣੇ ਬਜ਼ੁਰਗਾਂ ਦਾ ਬੁਲੰਦ ਕੀਤਾ ਹੈ, ਅਤੇ ਬਹੁਤ ਬਹੁਤ ਬਜ਼ੁਰਗੋ ਤੁਹਾਨੂੰ ਮੁਬਾਰਕ ਹੈ। ਖੈਰ ਮੁਬਾਰਕ ਜ਼ਿਲ੍ਹੇ ਗੁਜਰਾਤ ਦਾ ਪੂਰੇ ਤਾਂ ਹੋਇਆ ਜੀ? ਜੀ ਬਿਲਕੁਲ, ਜ਼ਿਲ੍ਹੇ ਕਿਉਂਕਿ ਪੂਰੇ ਪਾਕਿਸਤਾਨ ਤੋਂ ਰਾਈਡਰ ਆਏ ਸੀ, ਕੋਠਾ ਗੁਜਰਾਂ ਦਾ ਅਤੇ ਜ਼ਿਲ੍ਹੇ ਗੁਜਰਾਤ ਦਾ ਇਹਨਾਂ ਨਾਂ ਰੋਸ਼ਨ ਕੀਤਾ ਸੀ, ਪਹਿਲੀ ਵੀਡੀਓ 'ਚ ਇਹ ਗੱਲ ਕੀਤੀ ਹੈ, ਅਤੇ ਤੁਹਾਨੂੰ ਚੋਖੀਆਂ ਮੁਬਾਰਕਾਂ ਨੇ, ਇਹ ਸਾਡੇ ਸਾਰਿਆਂ ਵਾਸਤੇ ਫਖਰ ਦੀ ਗੱਲ ਹੈ। ਠੀਕ ਹੈ, ਬੜਾ ਫਖਰ ਹੈ ਜੀ। ਜੈ ਮਾਸ਼ਾ ਅੱਲਾਹ। ਅਤੇ ਮੈਨੂੰ ਇਹ ਦੱਸੋ, ਪਹਿਲਾਂ ਤਾਂ ਇਹ ਦੱਸੋ ਭਾਈ ਤੁਹਾਡੇ ਸਾਹਿਬਜ਼ਾਦੇ ਨੇ ਠੀਕ ਹੈ ਅਫਜ਼ਾਲ ਨੇ ਜਿਹੜਾ ਇਹ ਪ੍ਰੋਗਰਾਮ ਵਿਨ ਕੀਤਾ ਹੈ, ਕੱਲ੍ਹ ਨਿਜ਼ਾਬਾਜ਼ੀ ਦਾ ਜਿਹੜਾ ਮੇਲਾ ਹੋਇਆ ਆਲ ਪਾਕਿਸਤਾਨ, ਅਤੇ ਇਹਦੇ ਵਾਲਾਂ ਦੱਸੋ, ਤੁਸੀਂ ਸਾਰੇ ਬੜੇ ਖੁਸ਼ ਹੋ, ਅਤੇ ਕਿੰਨੀ ਕੁ ਤੁਹਾਨੂੰ ਖੁਸ਼ੀ ਹੋਈ ਹੈ, ਇਸ ਵਾਲਾਂ ਕੋ ਰੋਸ਼ਨੀ ਪਾਓ। ਖੁਸ਼ੀ ਫਿਰ ਹੁਣ ਕਿਤਨੀ ਕੋਈ ਦੱਸੀਏ, ਖੁਸ਼ੀ ਤਾਂ ਬੜੀ ਹੋਈ ਹੈ ਨਾ ਜੀ, ਬਿਹਤਰ ਹੋ ਗਿਆ, ਆਪਣੇ ਪੂਰੇ ਜ਼ਿਲ੍ਹੇ 'ਚ ਹੀ ਹੋਈ ਹੈ ਜੀ ਜੀ, ਅਤੇ ਸਾਨੂੰ ਤਾਂ ਫਿਰ ਉਂਝੀ ਖੁਸ਼ੀ ਬੜੀ ਹੋਈ ਹੈ ਨਾ ਜੀ। ਮੈਨੂੰ ਦੱਸਿਆ ਉਹਨਾਂ ਨੇ ਦੂਜੀ ਵੀਡੀਓ ਵਿੱਚ ਕਿ ਤੁਸੀਂ ਇਸ ਟਾਈਮ ਉਹ ਜਾਂਦੇ ਨੇ ਪਿੱਛੋਂ, ਕਹਿੰਦੇ ਨੇ ਫੋਨ ਕੇ ਪੇ ਕਰਦੇ ਹੋ, ਉਹਨਾਂ ਨੂੰ ਬਾਰ ਬਾਰ ਪੁੱਛਦੇ ਹੋ, ਹੈ ਜੀ ਰਾਬਤਾ ਕਰਦੇ ਹੋ, ਦੁਆ ਸ਼ਾਮ ਕਰਦੇ ਹੋ? ਉਹ ਤਾਂ ਜੇ ਮੈਂ ਜਾਂ ਫਿਰ ਤੂੰ ਜੀ ਉੱਥੇ ਹੋਣਾ ਨਾ, ਮੈਂ ਨਾ ਜਾਂ ਤਾਂ ਮੈਂ ਇਹਨਾਂ ਨੂੰ ਪਹਿਲੇ ਪਹਿਲੇ ਫੋਨ ਕਰਨਾ, ਦੁਆ ਵੀ ਕਰੀ ਦੀ ਹੈ ਠੀਕ ਹੈ, ਪੁੱਛਦੇ ਆ ਮੇਰੇ ਵੀਜ਼ਾ ਭੱਜੇ ਹੋ ਕਿ ਬਣੇ ਆ ਕੀ ਪੋਜੀਸ਼ਨ ਹੈ, ਇਹ ਫਿਰ ਦੱਸਦੇ ਰਹਿੰਦੇ ਨਾਲ ਨਾਲ, ਠੀਕ ਹੋ ਗਿਆ, ਉਹ ਫਿਰ ਜਿਸ ਵੇਲੇ ਦੱਸਦੇ ਨੇ ਭਾਈ ਇਫਜ਼ਾਲ ਆ ਗਿਆ ਪਹਿਲੇ ਨੰਬਰ 'ਤੇ, ਉਹ ਫਿਰ ਅੱਧੇ ਖੁਸ਼ੀ ਹੁੰਦੀ ਹੈ ਜੀ ਇਸ ਗੱਲ ਦੀ, ਜਿਹਾ ਠੀਕ ਹੋ ਗਿਆ। ਅਤੇ ਇਹ ਇਸ ਤਰ੍ਹਾਂ ਮੈਂ ਇੱਕ ਕਹਿੰਦੇ ਨੇ ਬਈ ਇੱਕ ਕਿਸਮਤ ਹੁੰਦੀ ਹੈ ਨਾ ਬੰਦੇ ਦੀ, ਕਿਸਮਤ ਹੁੰਦੀ ਹੈ ਸਾਰਾ ਨਾਮ ਖੇਲ ਹੈ, ਅੱਲਾਹ ਕੋਲੇ ਬਿਲਕੁਲ, ਕੋਈ ਵੀ ਖੇਲ ਹੋ ਹਾਰ ਜਿੱਤ ਵੀ ਹੁੰਦੀ ਰਹਿੰਦੀ ਹੈ, ਜਿੱਦੇ ਹੈ ਨਾ ਖੇਲ ਹੈ ਨਾ ਹੋ ਜਾਂਦਾ ਵੈ, ਅਤੇ ਉਹਦੇ ਵਿੱਚ ਫਿਰ ਕੀ ਉਹ ਵੀ ਇਹ ਜੀ ਕੱਲ ਵੇਖੋ ਨੇ ਗਏ ਨੇ, ਅੱਛਾ ਪਰਸੋਂ ਇਹ ਜੁੱਤ ਕੇ ਆਏ ਨੇ ਠੀਕ ਹੈ, ਕੱਲ੍ਹ ਇਹ ਭੱਜੇ ਨੇ ਬਿਹਤਰ, ਉਹ ਕਿੱਲਾ ਘੁਸ ਗਿਆ ਠੀਕ ਹੈ, ਮੈਂ ਕਿਹਾ ਕੋਈ ਗੱਲ ਸੋਹਣੀ ਗੱਲ ਹੈ, ਕਿੱਲਾ ਜਿਹੜਾ ਘੁਸ ਗਿਆ ਕੋਈ ਐਸੀ ਗੱਲ ਨਹੀਂ, ਸਾਰੇ ਮੁਲਕ ਦਾ ਧਿਆਨ ਆ ਪਰਸੋਂ ਜੀ ਜੀ ਇਫਜ਼ਾਲ ਪੜਤਾੜੀ ਦੇ ਭੱਜਿਆ ਅਤੇ ਜੁੱਥਿਆ ਜੀ ਜੀ, ਅਤੇ ਮੈਂ ਕਿਹਾ ਜਿਹੜਾ ਕੱਲ੍ਹ ਕਿੱਲਾ ਘੁਸ ਗਿਆ ਨਾ ਕੋਈ ਐਸੀ ਗੱਲ ਨਹੀਂ, ਬਿਲਕੁਲ ਹੀ ਆ ਠੀਕ ਹੋ, ਇਹ ਫਿਕਰ ਵਾਲੀ ਗੱਲ ਨਹੀਂ, ਮੈਂ ਕੋਈ ਐਡੀ ਜਿਹਾ ਇਹਨੂੰ ਹੌਸਲਾ ਬਣਾਉਣਾ ਚਾਹੀਦਾ ਜੇ ਆ, ਹੌਸਲਾ ਦਿੱਤਾ ਬੜਾ ਮੈਂ ਇਸ ਗੱਲ ਦਾ ਠੀਕ ਹੋ ਗਿਆ। ਅਤੇ ਇਹ ਹੁਣ ਦੱਸੋ, ਕਿਉਂਕਿ ਤੁਹਾਡਾ ਇੱਕ ਪੁਰਾਣਾ ਸਿਲਸਿਲਾ ਹੈ ਜੀ ਆ ਠੀਕ ਹੈ, ਮੈਨੂੰ ਪਤਾ ਲੱਗਿਆ ਕਿ ਤੁਸੀਂ 1970 ਤੋਂ ਇਸ ਮਤਲਬ ਜਿਹੜਾ ਘੋੜੇ ਭਜਾ ਰਹੇ ਹੋ, ਘੋੜੀਆਂ ਰੱਖੀਆਂ ਨੇ, ਸਾਰਾ ਨਿਜ਼ਾਮ ਤੁਹਾਡਾ ਸ਼ੌਕ ਹੈ, ਅਤੇ ਮੈਨੂੰ ਕੋਈ ਪੁਰਾਣੀ ਗੱਲਬਾਤ ਦੱਸੋ ਵਾ 1970 'ਚ ਤੁਹਾਨੂੰ ਕਿਹਨੇ ਸ਼ੁਰੂ ਤੋਂ ਗਾਈਡ ਕੀਤਾ, ਕਿਹਨੇ ਤੁਹਾਨੂੰ ਦੱਸਿਆ ਬੁਝਿਆ, ਤੁਹਾਡਾ ਕੌਣ ਉਸਤਾਦ ਸੀ, ਪੁਰਾਣੇ ਕੋਈ ਸਾਨੂੰ ਜਿਹੜੇ ਬੰਦੇ ਨੇ ਘੋੜੇ ਭਜਾਉਣ ਵਾਲੇ ਆਪਣੇ ਕੋਠੇ ਗੁਜਰਾਂ ਦੇ ਆਲੇ ਦੁਆਲੇ ਉਹਨਾਂ ਦੇ ਵਾਲਿਆਂ ਨੂੰ ਗੱਲਬਾਤ ਦੱਸੋ? ਬਜ਼ੁਰਗ ਉਸਤਾਦ ਹੈ ਆਪਣੇ ਠੀਕ ਹੈ, ਕੋਈ ਮੈਂ ਉਸਤਾਦ ਨਹੀਂ ਮਿਲਿਆ ਠੀਕ ਹੋ ਗਿਆ, ਕੋਈ ਗੱਲ ਨਹੀਂ, ਪੀਰ ਸਾਹਿਬ ਰਾਂ ਦੀਆਂ ਦੁਆਵਾਂ ਇਮਦਾਦ ਸ਼ਾਹ ਰਾਂ ਦੀਆਂ ਜੰਡਾ ਵਾਲਿਆਂ ਦੀਆਂ ਮਾਸ਼ਾ ਅੱਲਾਹ, ਅਤੇ ਆਪਣੇ ਬਜ਼ੁਰਗਾਂ ਦੀ ਦੁਆ ਹੀ ਮੈਂ ਰਾ ਸਾਰਾ ਤਾਂ ਲਗਾਂ ਘੋੜੇ ਭਜਾਉਣ ਠੀਕ ਹੈ, ਅਜੇ ਕੁਛ ਵੇਲੇ ਮੇਰਾ ਖਿਆਲ 22-23 ਸਾਲ ਦਾ ਮਾਵਾਂ ਦਾ ਠੀਕ ਹੋ ਗਿਆ, ਜਿਸ ਵੇਲੇ ਮੈਂ ਭਜਾਉਣ ਲਗਾਂ ਘੋੜੇ, ਫਿਰ ਹਰ ਜ਼ਿਲ੍ਹੇ 'ਚ ਭਜਾਏ ਨੇ ਜੀ, ਉਹ ਘੋੜਾ ਜਿਹੜਾ ਮੇਰੇ ਕੋਲ ਆ ਇਹ ਸਾਲ ਪਾਕਿਸਤਾਨ 'ਚ ਮਸ਼ਹੂਰ ਆ ਠੀਕ ਹੈ, ਜਿਸ ਵੇਲੇ ਨਵਾਬਜ਼ਾਦਿਆਂ ਕਮੇਟੀ ਲਵਾਈਏ ਪਹਿਲੇ ਸਾਹਿਬ ਮਲਕ ਤਾ ਆਇਆ ਠੀਕ ਹੈ, ਸਾਡੇ ਇਲਾਕੇ 'ਚੋਂ ਜਾਣੂ ਨਹੀਂ ਕਿਸੇ ਬੰਦੇ ਦਾ ਆ ਠੀਕ ਹੋ ਗਿਆ, ਅਸੀਂ ਕਹਿੰਦੇ ਪਤਾ ਨਹੀਂ ਕਿਹੜੇ ਇਲਾਕੇ ਦਾ ਜਵਾਨ ਹੈ ਜੀ ਜੀ, ਮੀਆਂ ਸਾਹਿਬ ਹੋਰੀ ਆਪਣੇ ਕੋਲੀਆਂ ਵਾਲੇ ਜਿਹੜੇ ਨੇ ਜੀ, ਉਹਨਾਂ ਦੇ ਮੀਆਂ ਅਖਤਰ ਨਾਲ ਹੀ ਉੱਪੜਦਾ ਰਿਹਾ ਉਹਦਾ ਜਾਣੂ ਆ, ਉਹ ਜ਼ਮਾਨੇ ਵਿੱਚ ਜਿਸ ਦੇ ਉੱਥੇ ਨਵਾਬਜ਼ਾਦਿਆਂ ਗੁਜਰਾਤ ਕਮੇਟੀ ਵੱਲ ਅਸੀਂ ਵੀ ਗਏ ਹਾਂ, ਉਹ ਘੋੜਾ ਜਿਹੜਾ ਮੇਰੇ ਕੋਲ ਆ ਆਲ ਪਾਕ ਅਤੇ ਮਸ਼ਹੂਰ ਆ ਠੀਕ ਹੈ, ਉਹ ਡੀ ਸੀ ਆ ਗਿਆ ਉੱਥੇ, ਮੀਆਂ ਸਾਹਿਬ ਉਹਨਾਂ ਨੇ ਮੈਨੂੰ ਬੁਲਾਇਆ ਸਟੇਜ 'ਤੇ, ਭਾਈ ਘੋੜੇ ਕਿੱਥੇ ਨੇ? ਮੈਂ ਕਿਹਾ ਘੋੜੇ ਜੋੜੇ ਜਲਾਲਪੁਰ ਨੇ, ਮੰਗਵਾ ਉਹ ਡੀ ਸੀ ਨੇ ਵੇਖਣਾ,
ਘੋੜੇ ਮੰਗਵਾਏ ਬਾਬੇ ਸੁਲਤਾਨ ਸ਼ਾਹ ਦੀ ਅਜਕਾ ਸ਼ਰੀਫ ਵਾਲੇ ਮੈਨੂੰ ਮਾਰ ਕੇ ਥਾਪੜਾ, ਕਹਿੰਦੇ ਨੇ ਬੱਚੂ ਇਹ ਚੀਜ਼ ਅੱਲਾਹ ਨੇ ਤੈਨੂੰ ਬੜਾ ਤੋਹਫਾ ਕੁਝ ਦਿੱਤਾ। ਇਹ ਉੱਥੇ ਸਟੇਜ 'ਤੇ ਲੈ ਗਏ, ਮੀਆਂ ਅਖਤਰ ਚੜ੍ਹ ਗਿਆ ਮੇਰੇ ਵਾਲੇ ਘੋੜੇ 'ਤੇ ਅਤੇ ਮਲਕ ਤਾਜ ਚੜ੍ਹ ਗਿਆ ਆਪਣੇ ਘੋੜੇ 'ਤੇ। ਉਸ ਜ਼ਮਾਨੇ 500-500 ਰੁਪਈਆ ਨਾਮ ਦਿਵਾਓ ਘੋੜਿਆਂ ਨੂੰ ਦਿੱਤਾ ਉਹਨੇ, ਠੀਕ ਹੋ ਗਿਆ ਉਸ ਜ਼ਮਾਨੇ ਵਿੱਚ। ਸਹੀ ਹੈ, ਸਹੀ। ਉਸ ਜ਼ਮਾਨੇ ਦੇ 500 ਬੜੀ ਕਿਹੜੇ ਸੰਦ ਗੱਲ ਬੜੀ ਗੱਲ ਹੈ ਜੀ। ਮੈਂ ਕਹਿੰਦਾ ਉਸ ਜ਼ਮਾਨੇ 500-500 ਰੁਪਈਆ ਦਿੱਤਾ ਨੇ। ਫਿਰ ਤਕੜਾ ਵਾਲੀ ਕਮੇਟੀ ਲੱਗੀ ਹੈ ਅਤੇ ਉਸ 'ਤੇ ਪਹਿਲਾਂ ਸਾਨੂੰ ਇੱਕ ਝੰਡਾ ਲੀਡ ਦੇ ਛੱਡਦੇ ਹੁੰਦੇ, ਕੋਈ ਨਾਮ ਨਹੀਂ ਆ, ਕੋਈ ਗੱਲ ਨਹੀਂ ਆਈ। ਉੱਥੇ ਮੈਂ ਜੁੱਤਿਆਂ 'ਤੇ 100 ਰੁਪਈਆ ਉਹਨਾਂ ਦਿੱਤਾ ਮੈਨੂੰ, ਠੀਕ ਹੈ। ਇਹ ਕਿਹੜੇ ਸੰਦ ਦੀ ਗੱਲ ਹੈ? ਇਹ ਕੋਈ ਪੁਰਾਣੀ ਗੱਲ ਹੈ, 1.5 ਹੋ ਗਏ ਸਾਲ, ਪਤਾ ਨਹੀਂ। ਅੱਛਾ, 30 ਸਾਲ ਕੇ 50 ਹੋ ਗਏ ਨੇ, ਠੀਕ ਹੋ ਗਏ। ਉਸ ਵੇਲੇ ਦੱਸਿਆ ਤਾਂ ਕੋਈ ਨਾਮ ਸ਼ਾਮ ਆ ਹੀ ਕੋਈ ਨਹੀਂ, ਹੁਣ ਤਾਂ ਨਾਮ ਬੜਾ ਦਿੰਦੇ ਨੇ ਜੀ। ਉਹ ਜਿਸ ਵੇਲੇ ਮੈਂ ਜੁੱਤਿਆ, ਉਹ ਮੁੜ ਖੁਦਾਈਆਂ ਹੀ ਆ, ਉਹ ਸਾਰੀ ਸੰਗਤ ਭੱਜਦੀ, ਉਹ ਕੋਈ ਰੁਪਈਆ ਦੇ ਕੁਆਠਾਂ 'ਚ ਪੈਸੇ ਲੱਭਦੇ ਨਹੀਂ ਹੈ। ਉਹ ਮੈਂ ਮੁੱਠੀ 'ਚ ਲੈਂਦਾ ਰਿਹਾ, ਜਿਸ ਵੇਲੇ ਮੈਂ ਟਲਿਆ ਮੈਂ ਢੋਲੀਆਂ 'ਚ ਫੜਾਏ। ਉਹਨਾਂ ਮੈਨੂੰ ਆਖਿਆ ਜੁੱਤੇ, ਤਾਂ ਫਿਰ ਇਹੋ ਜਿਹਾ ਬੰਦਾ ਜੁੱਤੇ ਨੇ ਕਿ ਸਾਨੂੰ 10 ਰੁਪਈਏ ਦੇ ਛੱਡਣੇ। ਉਹ ਜਿਸ ਵੇਲੇ ਸਾਨੂੰ ਨਾਮ ਦੇਣ ਲਈ ਚੋਰੀ ਮੁਸ਼ਤਾਕ ਤਕੜਾ ਵਾਲੀਆਂ ਨੇ ਮੈਨੂੰ ਨਾ ਰੁਪਈਆ 100 ਫੜਾਇਆ, ਬੜੀ ਗੱਲ, ਇੱਕ ਕੱਪ ਫੜਾਇਆ। ਅਸੀਂ ਬੜੇ ਖੁਸ਼ ਅਤੇ ਮੁੜ ਮਾਰ ਚੋਰੀ ਨਵਾਜ ਨੇ 100 ਰੁਪਈਆ ਜਿੱਤੇ। ਅਸੀਂ ਆ ਗਏ, ਜਿਸ ਵੇਲੇ ਆਏ ਬਜ਼ੁਰਗਾਂ ਨੂੰ ਗੱਲ ਦੱਸੀ, ਬੜੇ ਖੁਸ਼ ਹੈ। ਮੈਨੂੰ ਨਾ ਕਿਹਾ ਪੁੱਤਰ ਗਲਤੀ ਕਰ ਰਹੇ ਹੁਣ, ਜੇਕਰ ਰੁਪਈਆ 100 ਤੈਨੂੰ ਦਿੱਤਾ ਚੋਰੀ ਮੁਸ਼ਤਾਕ ਨੇ, ਤੂੰ ਲੈ ਕੇ ਕਹਿਣਾ ਮੇਰੀ ਤਰਫ ਮਸਜਿਦ ਨੂੰ, ਜਿਹੜਾ ਅਸੀਂ ਮੁੜਿਆਂ ਜਾ ਜਿਆ ਹੈ। ਉਹ ਪੁਰਾਣੇ ਉਹ ਬਜ਼ੁਰਗ ਹੈ ਇਲਾਕੇ ਦੀ ਪਰਿਆ ਮਕਾਨ ਦੇ। ਮੈਨੂੰ ਨਾ ਕਿਹਾ ਪੁੱਤਰ ਗਲਤੀ ਕੀਤੀ ਹੈ, 100 ਰੁਪਈਆ ਜੇਕਰ ਲਿਆ ਮੁੜ ਨੂੰ ਤਾਂ ਪਤਾ ਲੱਗ ਗਿਆ ਚੋਰੀ ਮੁਸ਼ਤਾਕ ਨੂੰ, ਕਹਿਣਾ ਮੇਰੀ ਤਰਫ ਮਸਜਿਦ ਨੂੰ ਦੇ ਛੱਡਿਓ। ਉਹ ਵਕਤ ਦੀ ਉਹ ਗੱਲਾਂ ਹੋਰ ਆਈਆਂ ਬਿਲਕੁਲ, ਹੋਰ ਹਰ ਇੱਕ ਉਸ ਜ਼ਿਲ੍ਹੇ 'ਚ ਪਜਲੋ ਹੋਰ ਭੱਜੇ ਆ ਜਾ ਕੇ ਵੀ, ਹਰ ਸ਼ੋਅ ਵਿੱਚ ਵੀ, ਠੀਕ ਹੈ। ਕੋਈ ਜ਼ਿਲ੍ਹਾ ਐਸਾ ਨਹੀਂ ਜਿੱਥੇ ਮੈਂ ਘੋੜਾ ਨਹੀਂ ਭਜਾਇਆ। ਨਾਮ ਸ਼ਾਮ ਦੇ ਹਵਾਲੇ ਨਾਲ ਅਸਲ ਇਹ ਗੱਲ ਇਹ ਕਿ ਤੁਹਾਡੇ ਬਜ਼ੁਰਗਾਂ ਨੇ ਗੱਲ ਕੀਤੀ ਵੀ 100 ਰੁਪਇਆ ਮਸਜਿਦ ਨੂੰ ਦੇਣਾ ਹਾ, ਉਹਦੇ ਵਿੱਚ ਗੱਲ ਇਹ ਆ ਜਾਂਦੀ ਹੈ ਨਾ ਕਿ ਇਹ ਬੰਦੇ ਬੇਸਿਕਲੀ ਇਨਾਮ ਨੂੰ ਤਾਂ ਭਜਦੇ ਨਹੀਂ, ਇੱਕ ਸ਼ੌਕ ਹੁੰਦਾ, ਠੀਕ ਹੈ। ਉਹਨਾਂ ਨੇ ਕਹਿ ਲਓ ਤੁਹਾਨੂੰ ਬੜੀ ਅੱਛੀ ਮਾਂ ਦਿੱਤੀ ਹੈ ਕਿ ਮਤਲਬ ਜਿਹੜਾ ਇਨਾਮ ਤੁਹਾਨੂੰ 100 ਰੁਪਇਆ ਦਿੱਤਾ ਵੈ ਚੋਰੀ ਮੁਸ਼ਤਾਕ ਧੱਕਣੇ ਵਾਲੇ ਨੇ, ਉਹ ਤੁਸੀਂ ਮਸਜਿਦ ਨੂੰ ਦੇ ਆਉਂਦੇ ਹੋ। ਸਿਆਣੇ ਬੰਦੇ ਅਸੀਂ ਮੁੜਿਆ ਜਿਹਾ ਜਿਹਾ ਚ ਗੱਲਾਂ ਨਹੀਂ ਨਾ ਹੁੰਦੀਆਂ ਜਿਹਾ, ਤੂੰ ਬਜ਼ੁਰਗ ਬੜੇ ਸਿਆਣੇ ਬੰਦੇ ਜਿਹਾ ਸਮਝਦੇ ਸਾਰੀਆਂ ਗੱਲਾਂ ਨੂੰ ਜਿਹਾ। ਅਤੇ ਮੈਨੂੰ ਇਹ ਗੱਲ ਦੱਸੋ ਜਿਹੜੇ ਅੱਜ ਕੱਲ੍ਹ ਦੇ ਜਿਹੜੇ, ਕਿਉਂਕਿ ਚੀਜ਼ਾਂ ਵਕਤ ਨੇ ਬਦਲ ਜਾਂਦੇ, ਨੇਜ਼ਾਬਾਜ਼ੀ ਵਿੱਚ ਕਹਿੰਦੇ ਹੁਣ ਬੜਾ ਫਰਕ ਆ ਗਿਆ, ਪਹਿਲੇ ਹੋਰ ਹੁੰਦੀ ਸੀ, ਬੜਾ ਫਰਕ ਹੈ ਜੀ ਹੁਣ ਢੇਰ ਸਾਰਾ ਜਿਹਾ। ਇਹਦੇ ਬਾਅਦ ਦੱਸੋ ਤੁਹਾਡੇ ਦੌਰ 'ਚ ਕੀ ਸਿਸਟਮ ਆ, ਤਾਂ ਹੁਣ ਤੱਕ ਦੇ ਤੁਹਾਨੂੰ ਕੀ ਇਹਦੇ ਬਾਰੇ ਨਾ ਕਹੋਗੇ? ਮੈਂ ਅੱਬਲ ਤਾਂ ਜਾਂਦਾ ਹੀ ਘੱਟ ਹਾਂ, ਠੀਕ ਹੋ ਗਿਆ ਹੁਣ ਜੀ ਜੀ, ਇਹ ਜਾਣ ਤਾਂ ਚਲੋ ਫੋਨ ਸ਼ੋਨ ਕਰਕੇ ਨਾਲ ਪੁੱਛਦੀਆਂ ਰਵੀ ਦੇ, ਠੀਕ ਹੈ। ਕਿਹੜੇ ਨੇੜੇ ਹੋਵੇ ਤਾਂ ਚਲੋ ਬੰਦਾ ਟਾਈਮ ਹੋਵੇ ਟੁੱਟ ਜਾਈਦਾ ਜਾਂ, ਜਿਸ ਟਾਈਮ ਜਾਂਦੇ ਹੋ ਤਾਂ ਕਿਹੜੇ ਤੱਕਦੇ ਵੇਖਦੇ ਹੋ ਮਾਹੌਲ ਸ਼ਿਹਰਾ ਹੁੰਦਾ ਤਾਂ ਪਹਿਲੇ ਵਾਲਾ? ਉਹ ਤੱਕਨੇ ਜੀ, ਹੁਣ ਉਹ ਸਿਸਟਮ ਹੈ ਹੀ ਨਹੀਂ, ਠੀਕ ਹੋ ਗਿਆ। ਹੁਣ ਹੈ ਕਿੱਲੇ ਦੀ ਗੱਲ ਝੁੰਝ ਦੀ, ਠੀਕ, ਉਸ ਵੇਲੇ ਤੱਕਦੇ ਸਵਾਰ ਚੰਗਾ ਭੱਜਿਆ, ਘੋੜਾ ਚੰਗਾ ਭੱਜਿਆ, ਠੀਕ ਹੈ, ਕਿੱਲਾ ਘੁਸ ਗਿਆ ਕੋਈ, ਹੁਣ ਝੁੰਝ ਦੀ ਗੱਲ ਹੈ ਜੀ ਜੀ। ਨਾ ਕੋਈ ਸਵਾਰ ਤੱਕਦੇ, ਨਾ ਘੋੜਾ ਚੰਗਾ ਤੱਕਦੇ ਨੇ ਗਿਆ, ਠੀਕ ਹੋ ਗਿਆ। ਹੁਣ ਤਾਂ ਉਹ ਢੇਰ ਤਬਦੀਲੀ ਹੋ ਗਈ ਉਹਦੇ, ਜਿਹੜਾ ਕਿੱਲਾ ਵਗੈਰਾ ਇਹਦੇ ਵੱਲ ਦੱਸੋ। ਪਹਿਲਾਂ ਕਹਿੰਦੇ ਨੇ ਬੜਾ ਮੁਸ਼ਕਿਲ ਕੰਮ ਹੁੰਦਾ ਸੀ, ਹੁਣ ਆਸਾਨ ਹੋ ਗਿਆ ਕਿੱਲੀਏ, ਇਹਦੇ ਵੱਲ ਦੱਸੋ ਤੁਹਾਡੇ ਦੌਰ 'ਚ ਕੀ? ਨਹੀਂ ਹੁਣ ਤਾਂ ਔਖਾ ਹੋ ਗਿਆ ਇੱਥੋਂ, ਅੱਛਾ ਔਖਾ ਹੋਇਆ। ਉਸ ਆਸਾਨ ਉਸ ਫੱਟਾ ਚੰਗਾ ਬਣਾਉਂਦਾ, ਤਰ੍ਹਾਂ ਤਰ੍ਹਾਂ ਰੋਣ ਦਿੰਦੇ ਹਰ ਸਵਾਰ ਨੂੰ, ਠੀਕ ਹੈ। ਹੁਣ ਜਿਹੜੇ ਹੁਣ ਇਹਦਾ ਬਾਜ਼ੀ ਹੈ ਤਾਂ ਬੜੀ ਔਖੀ ਹੋ ਗਈ ਜਿਹਾ, ਠੀਕ, ਮੁਸ਼ਕਿਲ। ਇਹ ਤਾਂ ਅੱਲਾਹ ਤਾਲਾ ਹੀ ਹੈ ਕਿਸੇ ਨੂੰ ਫਤਿਹ ਦਿੰਦਾ, ਉਹ ਅੱਲਾਹ ਦੇਣ ਵਾਲਾ ਜਿਹਾ। ਅਤੇ ਉਸ ਵੇਲੇ ਨੇਜ਼ਾਬਾਜ਼ੀ ਸੌਖੀ, ਅਤੇ ਅੱਜ ਤਾਂ ਨੇਜ਼ਾਬਾਜ਼ੀ ਬੜੀ ਔਖੀ ਹੈ ਜਿਹਾ, ਠੀਕ ਹੋ ਗਏ। ਹੁਣ ਇੰਜ ਦੀ ਆੜੀ ਲਾ ਛੱਡਦੇ ਨੇ ਜੀ ਜੀ, ਉਹਦੇ 'ਤੇ ਸਵਾਰ ਭੱਜਦੇ ਨੇ ਜਿਹਾ, ਠੀਕ ਹੋ ਗਏ, ਬਿਹਤਰ ਜਿਹਾ। ਅਤੇ ਇਹ ਦੱਸੋ ਭਾਅ ਜੀ, ਪਹਿਲਾਂ ਤੁਹਾਨੂੰ ਦੱਸਦੇ ਹੋ ਪਏ ਇਨਾਮ ਲੱਭਾ, ਅਤੇ ਬੰਦੇ ਕਹਿੰਦੇ ਨੇ ਬੜਾ ਵੱਡਾ ਕੰਮ ਹੋ ਗਿਆ, ਉਸ ਟਾਈਮ 100 ਰੁਪਏ ਇਨਾਮ ਲੱਭਦਾ ਹੀ ਕੋਈ ਆ ਕਿਸੇ ਨੂੰ, ਅਤੇ 100 ਲੱਭਦਾ ਹੀ ਨਹੀਂ ਹੁੰਦਾ, 100 ਨਹੀਂ ਲੱਭਦਾ, ਇਨਾਮ ਕਿੱਥੇ ਲੱਭਣਾ? ਅਤੇ ਉਹ ਮਤਲਬ ਮੈਨੂੰ ਇਹ ਦੱਸੋ, ਅੱਜ ਕੱਲ੍ਹ ਜਿਹੜੇ ਸਵਾਰ ਨੇ, ਜਿਹੜੇ ਹੁਣ ਦੇ ਸਹੂਲਤਾਂ ਨੇ, ਅੱਜ ਕੱਲ੍ਹ ਜਦੀਦ ਹਰ ਚੀਜ਼ ਆ ਗਈ ਹੈ, ਪਹਿਲਾਂ ਤਾਂ ਪੁਰਾਣਾ ਜ਼ਮਾਨਾ ਹਾ, ਉਸ ਟਾਈਮ ਤਾਂ ਸਵਾਰਾਂ ਨੂੰ ਇਸ ਤਰ੍ਹਾਂ ਸਹੂਲਤਾਂ ਨਹੀਂ ਆਈਆਂ ਨਾ ਜੀ, ਨਹੀਂ। ਹੁਣ ਤਾਂ ਬੜਾ ਬੜਾ ਇਨਾਮ ਦਿੰਦੇ ਨੇ, ਹੁਣ ਤਾਂ ਬੜਾ ਬੜਾ ਇਨਾਮ ਦਿੰਦੇ ਨੇ, ਪਿੱਛੇ 1000 ਵਾਰੀ ਆਦੀ ਭੱਜੇ ਨੇ, ਠੀਕ ਹੈ, ਅਤੇ ਇਹਨਾਂ ਨੂੰ 50-50 ਹਜ਼ਾਰ ਰੁਪਇਆ ਨਾਮ, 4 ਟਰਾਫੀਆਂ ਦਿੱਤੀਆਂ, ਠੀਕ ਹੋ ਗਿਆ ਜੀ। ਹੁਣ ਤਾਂ ਬੜਾ ਇਨਾਮ ਦਿੰਦੇ ਨੇ ਜੀ ਸਵਾਰਾਂ, ਅਤੇ ਕੱਲ੍ਹ ਵੀ ਮਾਸ਼ਾਅੱਲਾ ਅੱਛਾ ਇਨਾਮ ਲੱਭਿਆ ਮੋਟਰਸਾਈਕਲ, ਬੜਾ ਬੜਾ ਇਨਾਮ ਉਹਨਾਂ ਦਿੱਤਾ ਜੀ, ਕੱਪ ਵੀ ਦਿੱਤਾ ਨੇ, ਕੀ ਕਹਿੰਦੇ ਸਾਈਕਲ ਮੋਟਰ ਵੀ ਦਿੱਤਾ ਨੇ ਜੀ, ਠੀਕ ਹੋ ਗਿਆ ਜੀ। ਅਤੇ ਮੈਂ ਤਾਂ ਫਿਰ ਸ਼ੁਕਰ ਕੀਤਾ ਵੀ ਠੀਕ ਹੈ ਚਲੋ, ਲੇਕਿਨ ਮੈਂ ਭਜਾਉਣਾ ਛੱਡਿਆ ਅਤੇ ਫਿਲਹਾਲ ਤੁਹਾਨੂੰ ਪਹੁੰਚਾਉਂਦਾ ਨਾ ਜੀ ਜੀ, ਅਤੇ ਉਹ ਖੁਸ਼ੀ ਹੈ ਮੈਨੂੰ ਤਾਂ ਬੜੀ ਇਸ ਗੱਲ ਦੀ ਵੀ ਚਲੋ ਸਾਡਾ ਲੱਗੀ ਆਉਂਦੀ ਗੱਲ ਪਿਛਲੀ ਦਾਦੇ ਵਾਲੀ ਜਿਹਾ।
ਤੇ ਜਿਹੜੇ ਹੁਣ ਅੱਜ ਕੱਲ੍ਹ ਜਿਹੜੇ ਮੁੰਡੇ ਚੁੜੇ ਨੇ, ਕਿਉਂਕਿ ਤੁਹਾਡਾ ਇੱਕ ਤਜਰਬਾ ਹੈ, ਤੁਸੀਂ ਇਹ ਭਜਾਏ ਨੇ ਘੋੜੇ, ਸਾਰਾ ਇੰਤਜ਼ਾਮ ਕੀਤਾ, ਜਿਹੜੇ ਅੱਜ ਕੱਲ੍ਹ ਦੇ ਨਵੇਂ ਪੌਦ ਹੈ, ਜਿਹੜੇ ਸ਼ੌਕ ਕਰ ਰਹੇ ਨੇ ਮੁੰਡੇ, ਇਹਨਾਂ ਨੂੰ ਅੱਛਾ ਸਵਾਰ ਬਣਨ ਵਾਸਤੇ ਕੀ ਮਸ਼ਵਰਾ ਦਿਓਗੇ? ਜੋ ਫਾਇਦਾ ਹੋ ਜਾਵੇ ਮੁੰਡਿਆਂ ਚੁੜਿਆਂ ਤੱਕਣ ਵਾਲਿਆਂ ਦਾ ਮਸ਼ਵਰਾ ਤਾਂ ਇਹਨਾਂ ਨੂੰ ਇਹੀ ਚਾਹੀਦਾ, ਘੋੜਾ ਠੀਕ ਭਜਾਉਣਾ ਚਾਹੀਦਾ, ਬਾਗ ਸਹੀ ਰੱਖਣੀ ਚਾਹੀਦੀ, ਸਾਂਗ ਇੱਥੇ ਰੱਖਣੀ ਚਾਹੀਦੀ, ਇੱਥੋਂ ਕੱਢਣੀ ਚਾਹੀਦੀ ਹੈ, ਕਿਉਂਕਿ ਕਿੱਲਾ ਜਿਹੜਾ ਖੇਡ ਮੁਕਦਰਾਂ ਦੀ ਹੁੰਦੀ ਆ, ਇਹ ਕੁਦਰਤ ਲਵਾਉਣ ਵਾਲੀ ਹੁੰਦੀ ਆ। ਨਹੀਂ ਉਹੀ ਅੱਛਾ ਸਵਾਰ ਬਣਨ ਵਾਸਤੇ ਕਿਹੜੇ ਚੀਜ਼ਾਂ 'ਤੇ ਗੌਰ ਕਰਨਾ ਚਾਹੀਦਾ, ਪਲੇਅਰ ਨੂੰ ਕਿਹੜੇ ਕੰਮ ਕਰਨੇ ਚਾਹੀਦੇ ਨੇ ਕਿ ਅੱਛਾ ਸਵਾਰ ਬਣ ਜਾਂਦਾ, ਇਹਨਾਂ 'ਤੇ ਅਮਲ ਕਰੇ, ਗੱਲਾਂ ਕਿਹੜੀਆਂ? ਨਹੀਂ, ਅੱਛਾ ਸਵਾਰ ਤਾਂ ਤਾਂ ਹੀ ਬਣਦਾ ਜਿਹੜੇ 'ਚ ਘੋੜੇ ਭਜਾਉਂਦੇ ਨੇ, ਉਹ ਆਸਤਾ ਆਸਤਾ ਸਮਝ ਜਾਂਦੇ ਨੇ ਵਾਹ ਘੋੜੇ ਦੀ ਕਿੱਥੇ ਰੱਖਣੀ ਹੈ, ਸਾਂਗ ਮੈਂ ਕਿਹੜੇ ਵੇਲੇ ਕੱਢਣੀ ਹੈ, ਕਿੱਥੇ ਕੱਢਣੀ ਹੈ, ਉਹ ਫਿਰ ਆਸਤਾ ਤਾਂ ਉਹਨਾਂ ਵਿੱਚ ਤਜਰਬਾ ਹੋ ਜਾਂਦਾ, ਤੱਕ ਤੱਕ ਬੰਦੇ ਕੱਢ ਜਾਂਦੇ ਨੇ, ਕਈ ਵੇਖੇ ਨੇ ਜਿਹਾ ਸਹੀ ਹੋ ਗਿਆ, ਜਿਹਨਾਂ ਨੂੰ ਪਤਾ ਹੀ ਕੋਈ ਨਹੀਂ ਹੁੰਦਾ ਉਹ ਹੁਣ ਅੱਜ ਸਵਾਰ ਬਣੇ ਨੇ ਹੁੰਦੇ ਨੇ ਜਿਹਾ, ਇਹ ਗੱਲ ਕੋਈ ਨਹੀਂ ਜਿਹਾ। ਔਰ ਘੋੜਾ ਜਿਹੜਾ ਭਜਾਉਣਾ ਜੀ ਬੜਾ ਔਖਾ ਕੰਮ ਹੈ, ਸੌਖਾ ਜਿਹਾ ਨਹੀਂ ਘੋੜੇ ਨੂੰ ਭਜਾ ਲੈਣਾ, ਨਾਲੇ ਇਹਦੀ ਦੇਖਭਾਲ ਵੀ ਬੜੀ ਕਰਨੀ ਪੈਂਦੀ, ਇਹਦਾ ਖਿਆਲ ਰੱਖਣਾ ਵੈ ਕਿ ਔਲਾਦਾਰ ਹੀ ਹੁੰਦਾ ਨਾ, ਕੀ ਖਿਆਲ ਹੈ ਇਹਦੀ, ਖੁਰਾਕ ਇਹਦੀ, ਮਤਲਬ ਸਾਰਾ ਇੰਤਜ਼ਾਮ ਕਰਨ ਨੂੰ ਟਾਈਮ ਦੇਣਾ ਵੈ ਜੀ, ਠੀਕ ਹੈ, ਖੁਰਾਕ ਦੇ ਗੱਲਾਂ ਦਾ ਚੀਜ਼ ਹੈ ਨਾ ਜੀ, ਘੋੜੇ 'ਤੇ ਚੜ੍ਹਨਾ, ਘੋੜੇ ਨੂੰ ਭਜਾਉਣਾ ਜਿਆ ਜਿਆ, ਹਰ ਚੀਜ਼ ਕਹਿ ਲੋ ਵਿੱਚ ਆ ਜਾਂਦੀ ਹੈ ਨਾ, ਜਿਹੜਾ ਇੱਕ ਤੁਸੀਂ ਕੰਮ ਜਿਹੜਾ ਹੈ ਨਾ ਨਿਊ ਕਰਨ ਲਈ ਸਹੀ ਤਰੀਕੇ ਨਾਲ, ਫਿਰ ਉਹ ਮੁਸ਼ਕਿਲ ਹੋ ਜਾਏਗੀ ਜੀ, ਹਾਂਜੀ, ਯਾਨੀ ਇੱਕ ਕਹਿ ਲਓ ਇਹਨੂੰ ਸਹੀ ਪ੍ਰੋਪਰ ਟਾਈਮ ਦੇਣਾ। ਇਹ ਦੱਸੋ ਵਾ ਹੁਣ ਵੇਖਿਆ ਤੁਹਾਡਾ ਵੀ ਮਾਸ਼ਾਅੱਲਾ ਗੱਡੀਆਂ ਖਲੋਤੀਆਂ ਨੇ, ਘੋੜਿਆਂ ਨੂੰ ਲੈ ਕੇ ਜਾਣ ਦਾ ਇੱਕ ਬੜਾ ਨਿਜ਼ਾਮ ਹੈ, ਤਰੀਕਾ, ਤੁਸੀਂ ਪੁਰਾਣੇ ਜ਼ਮਾਨੇ ਦੇ ਘੋੜੇ ਛੋੜੇ ਕਿਸ ਤਰ੍ਹਾਂ ਲੈ ਕੇ ਜਾਂਦੇ ਸੀ ਅੱਗੇ ਪਿੱਛੇ, ਤੁਸੀਂ ਕਹਿੰਦੇ ਮੈਂ ਉਹ ਤੋੜ ਕੇ ਖੜਦੇ, ਅੱਛਾ ਲਾਹੌਰ ਖੜੇ ਨੇ ਟਰੱਕ ਪਾਏ ਨੇ ਤੇ, ਅੱਛਾ, ਤੇ ਉਸ ਵੇਲੇ ਜ਼ੁਲਕਰ ਨੈਣ ਵਜ਼ੀਰ ਆਇਆ ਆਪਣਾ ਜ਼ਾਤ ਦਾ, ਠੀਕ ਹੈ, ਉਹਨੇ ਬੁਲਾਇਆ ਸਾਨੂੰ ਉੱਥੇ, ਅਸੀਂ 15 ਦੇ ਡੇਰੇ ਟਰਾਈ ਕੀਤੀ ਸਵਾਰਾਂ ਦੀ, ਫਿਰ ਟਰਾਈ ਕਰਕੇ ਲਾਹੌਰ ਖੜਿਆ ਨੇ ਸਾਨੂੰ, ਠੀਕ ਹੋ ਗਏ, ਉਸ ਵੇਲੇ ਟਰੱਕ 'ਤੇ ਪਾਏ ਨੇ, ਨਿਕਲਿਆ ਇੱਥੇ ਟੋਰ ਕੇ ਘੋੜੇ ਖੜਦੇ ਸਾਰੇ ਦੁਆਲੇ, ਤੇ ਹੁਣ ਤਾਂ ਫਿਰ ਹੁਣ ਵਕਤ ਜੇ ਟਰਾਲੇ ਬਣੇ ਨੇ, ਘਰੋਂ ਪਾਉਣੇ ਨੇ, ਘਰ ਲੈ ਬਣੇ ਨੇ ਸ਼ਾਮੀ, ਭਾਵੇਂ ਲਾਹੌਰ ਭੱਜਣ ਤਾਂ ਇਹ ਕਈ ਵਾਰੀ ਗਏ ਨੇ ਫਜ਼ਾਲ ਹੋ ਰਹੀ, ਅਤੇ ਸ਼ਾਮੀ ਘੱਟ ਆਰਾਮ ਦੇ, ਠੀਕ ਹੋ ਗਏ, ਉਸ ਵੇਲੇ ਤਾਂ ਟਰੱਕ ਲੱਭਣੇ ਅਤੇ ਖੜਨੇ ਨੇ ਘੋੜੇ ਜਿਹਾ, ਸਹੀ ਹੋ ਗਏ। ਪਰ ਹੁਣ ਜਿਹੜੇ ਮਤਲਬ ਘੋੜ ਸਵਾਰ ਨੇ ਨਾ, ਇਹਨਾਂ ਨੂੰ ਬੜੀਆਂ ਸਹੂਲਤਾਂ ਲੱਗ, ਸਹੂਲਤਾਂ ਹੋ ਗਈਆਂ ਇਹਨਾਂ ਨੂੰ, ਬੜੀਆਂ ਸਹੂਲਤਾਂ ਨੇ ਜਿਹਾ, ਅਤੇ ਹੁਣ ਖਰਚੇ ਵੱਧ ਗਏ ਨੇ ਇਹਨਾਂ ਦੇ ਜਿਹਾ, ਅਤੇ ਸਹੂਲਤਾਂ ਹੈ ਇਹਨਾਂ ਨੂੰ ਜਿਹਾ, ਅਤੇ ਹੁਣ ਮਤਲਬ ਇਹਨਾਂ ਨੇ ਕਿਹੜੇ ਵੀ ਜਾਣਾ ਹੈ, ਗੱਡੀਆਂ 'ਤੇ ਜਾਣਾ ਹੈ, ਹੁਣ ਮੁਸ਼ਕਿਲ ਕੋਣੀ ਹੈ, ਨੇੜੇ ਹੈ ਦੂਰ ਹੈ, ਕੋਣੀ ਮੈਂ ਕਹਿੰਦਾ ਸੀ ਟਰਾਲਾ ਬਣਵਾਇਆ ਨਾ, ਹੁਣ ਜਿਹਾ ਪਿੱਛੇ ਲਾਹੌਰ ਗਏ ਨੇ, ਉਸ ਵਿੱਚ ਤੇਲ ਸਸਤਾ 7,000 ਦਾ ਪਵਾਇਆ ਨੇ ਗੱਡੀ 'ਚ, ਠੀਕ ਹੈ, ਘੋੜੇ ਭਜਾ ਕੇ ਅਤੇ ਸ਼ਾਮੀ ਲੈ ਵੀ ਆਏ ਜਿਹਾ, ਅਤੇ ਨਿਕਲ ਜੇ ਟਰੱਕ ਹੋਵੇ ਤਾਂ ਉਹਦਾ 7-8-20,000 ਤੋਂ ਉਹਦਾ ਕਿਰਾਇਆ 30 ਦੇਣਾ, ਉਹਨੂੰ ਗੱਡੀ ਤੇਲ ਵੱਖਰਾ ਪਾਉਣਾ, ਸਹੂਲਤਾਂ ਤਾਂ ਹੈ ਨਾ ਜਿਹਾ, ਜੇ ਪੈਸਾ ਹੋਵੇ ਕੋਲੇ, ਸਹੂਲਤਾਂ ਤਾਂ ਬੜੀਆਂ ਨੇ ਹੁਣ ਜਿਹਾ ਜਿਹਾ, ਠੀਕ ਹੋ ਜਿਹਾ, ਗੱਲ ਤਾਂ ਪੈਸੇ ਦੀ ਹੈ ਨਾ ਜਿਹਾ, ਬਿਹਤਰ ਠੀਕ ਫਜ਼ਾਲ ਨੇ ਬਣਵਾਇਆ, ਅੱਛਾ ਅੱਛਾ, ਬੜਾ ਸੌਖ ਹੈ, ਇੱਥੋਂ ਘਰੋਂ ਵਿਹੜੇ ਘੋੜੇ ਪਾਉਣੇ ਨੇ, ਘਰ ਸ਼ਾਮੀ ਲੈਣੇ ਨੇ ਸੋਤੇ, ਠੀਕ ਹੋ ਗਿਆ ਜਿਹਾ, ਬਿਹਤਰ ਹੋ ਗਿਆ, ਸਹੀ, ਅਤੇ ਜੇ ਨਾ ਹੁੰਦੇ ਤਾਂ ਉੱਥੇ ਜਿੱਥੇ ਕਮੇਟੀ ਲੱਗਦੀ ਉੱਥੇ ਰਾਤ ਬਣਾਉਣੇ ਕਿਰੇ ਬਣਾ ਕੇ ਫਿਰ ਪਿਛਾਵਣਾ ਗੱਡੀਆਂ 'ਤੇ, ਅਤੇ ਹੁਣ ਮੈਂ ਦੱਸਿਆ ਸਹੂਲਤ ਬੜੀ ਹੋ ਗਈ ਹੈ ਸਵਾਰਾਂ ਨੂੰ ਜਿਹਾ, ਬਿਹਤਰ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ, ਅਸਾਂ ਚੌਧਰੀ ਮੁਹੰਮਦ ਨਵਾਜ਼ ਗੁੱਜਰ ਸਾਹਿਬ ਉੱਠਾ ਗੁਜਰਾਂ, ਇਹ ਆਪਣੇ ਦੋ ਦੇ ਬੜੇ ਅੱਛੇ ਰਾਈਡਰ ਨੇ, ਅਤੇ ਇਹਨਾਂ ਨਾਲ ਕੋਈ ਗੱਲਾਂ ਬਾਤਾਂ ਕੀਤੀਆਂ ਨੇ, ਉਮੀਦ ਕਰਨਾ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇ ਦੀ। ਮੈਂ ਕੋਸ਼ਿਸ਼ ਕੀਤੀ ਕੋਈ ਪੁਰਾਣੀਆਂ ਗੱਲਾਂ ਇਹਨਾਂ ਨਾਲ ਕਰੀਏ ਕਿ ਪਹਿਲਾਂ ਘੋੜਿਆਂ ਦਾ ਕੀ ਨਿਜ਼ਾਮ ਸੀ, ਸਵਾਰਾਂ ਦਾ ਕੀ ਨਿਜ਼ਾਮ ਆ, ਅਤੇ ਕਿਉਂਕਿ ਹੁਣ ਵਕਤ ਬਦਲ ਗਿਆ ਵੈ, ਅਤੇ ਬਜ਼ੁਰਗ ਜਿਹੜੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ, ਅਤੇ ਤੁਸੀਂ ਵੀ ਇੱਕ ਸਾਡਾ ਉੱਤੇ ਨੰਬਰ ਦਿੱਤਾ ਗਿਆ ਵੈ, ਹਾਂਜੀ, ਸਾਡੇ ਨਾਲ ਰਾਬਤਾ ਕਰੋ, ਅਤੇ ਇਨਸ਼ਾਅੱਲਾ ਅਸੀਂ ਤੁਹਾਡੇ ਕੋਲ ਵੀ ਹਾਜ਼ਰ ਹੋਵਾਂਗੇ ਅਤੇ ਤੁਹਾਡੇ ਨਾਲ ਵੀ ਅਸੀਂ ਗੱਪਸ਼ਪ ਕਰਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।